ਇਹ ਸੜਕ ਹੈ ਢਿਲਵਾਂ ਖੁਰਦ ਤੋਂ ਜੰਡ ਵਾਲਾ। ਇਹਦੇ 'ਤੇ ਸੇਮ ਨਾਲੇ ਦਾ ਪੁਲ ਬਣਿਆ ਹੋਇਆ ਹੈ ਅਤੇ ਆਹ ਪੁਲ ਦੇ ਦੋਵੇਂ ਪਾਸੇ ਕੋਈ 150-200 ਫੁੱਟ ਸੜਕ ਦੀ ਚੜ੍ਹਾਈ ਹੈ। ਇਹ ਲਿੰਕ ਰੋਡ 'ਤੇ ਪ੍ਰੀ ਮੈਕਸ ਪਏ ਨੂੰ 2 ਸਾਲ ਦੇ ਲਗਭਗ ਸਮਾਂ ਹੋ ਗਿਆ, ਪਰ ਆਹ ਜਿਹੜੀ ਪੁਲ ਦੀ ਦੋਵੇਂ ਪਾਸੇ ਚੜ੍ਹਾਈ ਹੈ ਇਹਦੇ 'ਤੇ ਮੋਟਾ ਬੱਜਰ ਪਾ ਕੇ ਮੁੜ ਕੇ ਪ੍ਰੀਮਿਕਸ ਨਹੀਂ ਪਾਇਆ ਗਿਆ। ਇਹ ਮੰਡੀ ਬੋਰਡ ਮਹਿਕਮੇ ਦੀ ਕਾਰਗੁਜ਼ਾਰੀ ਹੈ। ਦਰਅਸਲ ਇਹ ਲੁੱਕ ਅਤੇ ਬੱਜਰੀ ਲੱਗਦਾ ਸੜਕ 'ਤੇ ਪੈਣ ਦੀ ਬਜਾਏ ਅਫਸਰਾਂ ਲੀਡਰਾਂ ਦੇ ਢਿੱਡਾਂ 'ਚ ਚਲੀ ਗਈ ਹੈ। ਹੁਣ ਇਹ ਪ੍ਰੀਮਿਕਸ ਉਦੋਂ ਪਾਉਣਗੇ ਜਦੋਂ ਦੁਬਾਰਾ ਸੜਕ ਬਣਾਈ ਗਈ। ਸੜਕ 'ਤੇ ਪਿਆ ਮੋਟਾ ਬੱਜਰ ਵਹੀਕਲਾਂ ਦੇ ਟਾਇਰਾਂ ਦੀ ਦਫਾ ਪੁੱਟ ਰਿਹਾ। ਇੱਥੋਂ ਦੀ ਹਰੇਕ ਲੰਘਣ ਵਾਲਾ ਇਹਨਾਂ ਨੂੰ ਕੋਸ ਕੇ ਲੰਘਦਾ। ਇੱਕ ਪਾਸੇ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰਦੀ ਹੈ, ਇਹਨਾਂ ਤੋਂ ਕਦੇ ਜਵਾਬ ਮੰਗਿਆ ਜਾਊ? ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਆ, ਪਰ ਇਹ ਲੋਕ ਲੁੱਕ ਬੱਜਰੀ ਛਕੀ ਜਾ ਰਹੇ ਆ, ਕੋਈ ਪੁੱਛਣ ਵਾਲਾ ਨਹੀਂ। ਆ ਹੁਣ ਸੇਮ ਨਾਲੇ ਦੇ ਵੀ ਦਰਸ਼ਨ ਕਰ ਲਓ, ਸਾਰਾ ਬੰਦ ਪਿਆ ਹੋਇਆ। ਆ ਜਾਂਦਾ ਤੁਹਾਡੇ ਸਾਹਮਣੇ ਹੁਣੇ ਆ ਪੁਲ 'ਤੇ ਸਾਈਡ 'ਤੇ ਸਾਰਾ ਹੀ ਬੰਦ ਆ ਇਹ, ਅਤੇ ਇਹਦੀ ਵੀ ਸਫਾਈ ਨਹੀਂ ਹੋਈ। ਕਾਗਜ਼ਾਂ 'ਤੇ ਵੀ ਸਾਫ ਕੀਤਾ ਗਿਆ ਹੋਊ, ਪਰ ਇੱਥੇ ਸੇਮ ਨਾਲੇ ਦੀ ਨਹੀਂ ਕਾਗਜ਼ਾਂ ਦੀ ਸਫਾਈ ਨਜ਼ਰ ਆਉਂਦੀ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਨੂੰ ਕੀ ਰੋਣੀ ਹੈ, ਊਤ ਗਿਆ ਸਾਰਾ ਆਵਾ। ਦੱਸੋ ਹੁਣ ਇਹਦੇ ਵਿੱਚੋਂ ਪਾਣੀ ਕਿਵੇਂ ਲੰਘੂਗਾ? ਸ਼ੁਕਰ ਕਰੋ ਕਿ ਇੱਧਰ ਹੜ੍ਹ ਨਹੀਂ ਆਏ, ਪਾਣੀ ਨਹੀਂ ਆਇਆ, ਨਹੀਂ ਤਾਂ ਕੰਮ ਸਾਫ਼ ਹੀ ਸੀਗਾ।